ਤੁਸੀਂ ਦੇਖ ਰਹੇ ਹੋ ਕਾਲ ਚੈਨਲ ਇੱਕ ਹੌਟ ਸੀਟ ਦੇ ਵਿੱਚ ਕਪੂਰਥਲਾ ਦੀ ਜਿਹੜੀ ਹੌਟ ਸੀਟ ਕਹੀ ਜਾ ਰਹੀ ਹੈ ਉਸ ਦੇ ਵਿੱਚ ਮੌਜੂਦ ਹੈਗੇ ਆ ਔਰ ਭਾਰਤੀ ਜਨਤਾ ਪਾਰਟੀ ਦੇ ਇਸ ਕਿ ਹਲਕੇ ਤੋਂ ਜਿਹੜੇ ਨੁਮਾਇੰਦੇ ਨੇ ਜਿਹੜੇ ਕਿ ਕੈਂਡੀਡੇਟ ਨੇ ਰਣਜੀਤ ਸਿੰਘ ਖੋਜੇਵਾਲ ਮੌਜੂਦ ਨੇ ਗੱਲਬਾਤ ਕਰਦੇ ਕਿਸ ਤਰੀਕੇ ਚੱਲ ਰਹੀ ਹੈ ਸਵੇਰ ਤੋਂ ਜੋ ਕਿ ਵੋਟਿੰਗ ਜਿਹੜੀ ਹੈਗੀ ਚੱਲ ਰਹੀ ਹੈ ਪਰਸੈਂਟੇਜ ਕਾਫੀ ਲੋ ਹੈਗੀ ਹੈ ਫਿਰ ਵੀ ਕਿੱਦਾਂ ਦੇਖਦੇ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਪੂਰਥਲੇ ਦੇ ਲੋਕਾਂ ਵਿੱਚ ਬਹੁਤ ਭਾਰੀ ਉਤਸ਼ਾਹ ਆ ਵੋਟਾਂ ਪਾਉਣ ਵਾਸਤੇ ਉਹਦਾ ਕੀ ਕਾਰਨ ਕੀ ਆ ਕਿ ਇੱਥੇ ਰਾਣਾ ਗੁਰਜੀਤ ਸਿੰਘ ਪਿਛਲੇ 20 ਸਾਲ ਤੋਂ MLA ਬਣਦੇ ਆ ਰਹੇ ਮੰਤਰੀ ਬਣਦੇ ਆ ਰਹੇ ਆ ਔਰ ਉਹਨਾਂ ਨੇ ਕਪੂਰਥਲੇ ਦਾ ਕੋਈ ਵਿਕਾਸ ਨਹੀਂ ਕੀਤਾ ਕਪੂਰਥਲੇ 'ਚ ਨਸ਼ਾ ਸ਼ਰੇਆਮ ਵਿਕ ਰਿਹਾ ਕਪੂਰਥਲੇ ਭ੍ਰਿਸ਼ਟਾਚਾਰ ਦਾ ਪੂਰਾ ਬੋਲਬਾਲਾ ਔਰ ਕਪੂਰਥਲੇ ਕੋਈ ਡਿਵੈਲਪਮੈਂਟ ਨਹੀਂ ਹੋਈ ਕਪੂਰਥਲੇ ਵਿੱਚ ਜਿਹੜੀ ਝੂਠੇ ਪਰਚੇ ਦੀ ਰਾਜਨੀਤੀ ਆ ਉਹ ਕੀਤੀ ਜਾ ਰਹੀ ਆ ਲੋਕ ਜਿਹੜੇ ਤੁਸੀਂ ਕਹਿੰਦੇ ਪਰਸੈਂਟੇਜ ਘੱਟ ਆ ਹੋ ਰਹੀ ਆ ਲੋਕ ਡਰਦੇ ਮਾਹੌਲ ਦੇ ਵਿੱਚ ਲੋਕਾਂ ਨੂੰ ਡਰ ਆ ਰਾਣਾ ਗੁਰਜੀਤ ਸਿੰਘ ਦਾ ਕਿ ਸਾਨੂੰ ਉਹ ਸਾਡੇ ਪਰਚਾ ਦਰਜ ਨਾ ਕਰਾ ਦੇਵੇ ਸਾਨੂੰ ਜਾਂ ਕੋਈ ਸਾਨੂੰ ਗਲਤ ਨਾ ਕੀ ਕਰ ਲਵੇ ਇਸ ਕਰਕੇ ਜਿਹੜੇ ਲੋਕ ਆ ਉਹ ਡਰਦੇ ਬਾਹਰ ਨਹੀਂ ਆ ਰਹੇ ਪਰ ਅੰਦਰ ਖਾਤੇ ਜਿਹੜੀਆਂ ਵੋਟਾਂ ਆ ਉਹ ਕਮਲ ਦੇ ਨਿਸ਼ਾਨ 'ਤੇ ਪੈ ਰਹੀਆਂ ਔਰ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੈ ਉਹ ਯਕੀਨੀ ਲੋਕੀ ਬਦਲ ਦੇ ਤੌਰ 'ਤੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਵੀ ਦੇਖ ਰਹੇ ਹੋ ਕਿੰਨਾ ਜ਼ੋਰ ਕਪੂਰਥਲੇ 'ਚ ਰਣਜੀਤ ਸਿੰਘ ਖੋਜੇਵਾਲ ਲੋਕਲ ਹੈ ਜੀ ਖੋਜੇਵਾਲ ਪਿੰਡ ਤੋਂ ਆ ਜੀ ਅਤੇ ਬੀਬੀ ਮੰਜੂ ਰਾਣਾ ਜਲੰਧਰੋਂ ਆਏ ਆ 17 ਵਿੱਚ ਵੀ ਇੱਕ ਭਾਈ ਸਾਹਿਬ ਆਏ ਸੀ ਪੱਡਾ ਸਾਹਿਬ ਉਹ 18,000 ਵੋਟ ਲੈ ਗਏ ਸੀਗੇ ਅਤੇ ਮੁੜ ਕੇ ਲੱਭੇ ਨਹੀਂ 5 ਸਾਲ ਕਿਸੇ ਨੂੰ ਅਤੇ ਮੈਂ ਲੋਕਾਂ 'ਚ ਵਿਚਰਦਾ 20 ਸਾਲ ਤੋਂ ਅਤੇ ਜਿਹੜੀ ਬੀਬੀ ਮੰਜੂ ਰਾਣਾ ਜੀ ਵੀ ਜਲੰਧਰ ਤੋਂ ਆ ਬਾਹਰਲੇ ਇੱਥੇ ਦੇ ਲੋਕਲ ਹੈ ਨਹੀਂਗੇ ਅਤੇ ਉਹ ਵੀ ਜਿਹੜੀ ਵੋਟ ਆ ਸਾਡੀ ਕਾਂਗਰਸ ਦੀ ਜਾ ਰਹੀ ਹੈ ਸਾਡੀ ਭਾਰਤੀ ਜਨਤਾ ਪਾਰਟੀ ਕੋਈ ਗਵਾਉਣ ਵਾਸਤੇ ਹੈ ਕੁਛ ਨਹੀਂ ਸਗੋਂ ਪਾਉਣ ਵਾਸਤੇ ਹੀ ਆ ਠੀਕ ਹੈ ਲੋਕਾਂ ਨੂੰ ਕਿਸ ਤਰੀਕੇ ਅਪੀਲ ਕਰ ਰਹੀ ਕਿਉਂਕਿ ਇਹ ਬੜਾ ਸਮਾਂ ਜਿਹੜਾ ਕਹਿ ਦਈਏ ਨਾ ਕਿ ਅੱਜ ਦਾ ਇੱਕ ਫਾਈਨਲ ਇਮਤਿਹਾਨ ਦੀ ਸਟੇਜ ਹੈਗੀ ਆ ਲੋਕੀ ਵੋਟ ਪਾਉਣ ਘੱਟ ਵੀ ਆ ਰਹੇ ਤੁਸੀਂ ਵੀ ਇਹ ਗੱਲ ਮੰਨ ਰਹੇ ਹੋ ਕੀ ਲੱਗਦਾ ਨਹੀਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਕਿ ਰਾਣਾ ਗੁਰਜੀਤ ਸਿੰਘ ਦਾ 20 ਸਾਲ ਤੋਂ ਇੱਥੇ ਮਾਫੀਆ ਰਾਜ ਚੱਲਣ ਰਿਹਾ ਆ ਮਤਲਬ ਕਿ ਹੁਣ ਆਪਾਂ ਅਪੀਲ ਕਿੱਦਾਂ ਕਰ ਸਕਦੇ ਲੋਕਾਂ ਨੂੰ ਕਿ ਲੋਕਾਂ ਕਾਲ ਕੀਤੀ ਜਾ ਰਹੀ ਹੈ ਕੋਈ ਕਰ ਰਹੇ ਅਸੀਂ ਕਾਲ ਕਰ ਰਹੇ ਹਾਂ ਅਸੀਂ ਜਿਹੜੇ ਬੰਦੇ ਸਾਡੇ ਡੇਰਿਆਂ ਦੇ ਉੱਪਰ ਬਾਹਰ ਪਿੰਡਾਂ 'ਚ ਬੈਠੇ ਉਹਨਾਂ ਨੂੰ ਗੱਡੀਆਂ 'ਚ ਲੈ ਕੇ ਆ ਰਹੇ ਹਾਂ ਜਿਹੜੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਡਿਸਟਾਂ ਦੇਖ ਰਹੇ ਹਾਂ ਕਿ ਕਿੱਦਾਂ ਆਪਾਂ ਉਹਨਾਂ ਬੰਦਿਆਂ ਨੂੰ ਜਿਹੜੀ ਵੋਟ ਨਹੀਂ ਸਾਡੀ ਪੋਲ ਹੋਈ ਅਤੇ ਕਿੱਦਾਂ ਪੋਲ ਕਰਾਉਣੀ ਆ ਸੋ ਵੋਟਾਂ ਬਹੁਤ ਵਧੀਆ ਪੋਲ ਹੋਣਗੀਆਂ ਔਰ ਭਾਰਤੀ ਜਨਤਾ ਪਾਰਟੀ ਜਿੱਤ ਹੈ ਉਹ ਯਕੀਨੀ ਹੈ ਠੀਕ ਹੈ ਅੱਛਾ ਕਿੱਦਾਂ ਦੇਖਦੇ ਹੋ ਕਿ ਇਲਾਕੇ ਦੇ ਵਿੱਚ ਕੋਈ ਗੜਬੜੀ ਹੈ ਕਿਤੇ ਕੋਈ ਐਸੀ ਵਾਰਤਾ ਗੜਬੜੀਆਂ ਰਾਣਾ ਗੁਰਜੀਤ ਸਿੰਘ ਨੇ ਪਿਛਲੇ ਦੋ ਦਿਨ ਤੋਂ ਪੂਰਾ ਜਿੰਨਾ ਪੈਸਾ ਵੰਡ ਸਕਦਾ ਸੀ ਪੈਸਾ ਵੰਡਿਆ ਸ਼ਰਾਬ ਜਿੰਨੀ ਵੰਡ ਸਕਦਾ ਸ਼ਰਾਬ ਵੰਡੀ ਆ ਅਤੇ ਬੀਜੇਪੀ ਵੱਲੋਂ ਅਸੀਂ ਕਿਸੇ ਨੂੰ ਕੋਈ ਸ਼ਰਾਬ ਨਹੀਂ ਦਿੱਤੀ ਕੋਈ ਪੈਸਾ ਨਹੀਂ ਦਿੱਤਾ ਅਸੀਂ ਲੋਕਾਂ ਨੂੰ ਇਹ ਅਪੀਲ ਕਰ ਰਹੇ ਹਾਂ ਕਿ ਜੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਚਾਹੁੰਦੇ ਆ ਤਾਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ ਲਿਆਓ ਠੀਕ ਹੈ ਐਸਾ ਕੀ ਲੱਗਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਉਂ ਕਿਉਂਕਿ ਕਪੂਰਥਲੇ ਦੇਖੋ ਨਾ ਕੋਈ ਕੋਈ ਕੰਮ ਕਰਾਉਣ ਜਾਣਾ ਪੈਸੇ ਦੇ ਬਗੈਰ ਨਹੀਂ ਹੁੰਦਾ ਜੀ ਪੰਜਾਬ 'ਚ ਨਸ਼ਾ ਅਤੇ ਭ੍ਰਿਸ਼ਟਾਚਾਰ ਕਿੰਨਾ ਤੁਸੀਂ ਆਪ ਪੰਜਾਬੀ ਹੈ ਤੁਹਾਨੂੰ ਖੁਦ ਜ਼ਿਆਦਾ ਪਤਾ ਠੀਕ ਹੈ ਨਾ ਗੱਲ ਜੀ ਅਤੇ ਬੀਜੇਪੀ ਨਾ ਕਿਸੇ ਨੂੰ ਖਾਣ ਦਿੰਦੀ ਹੈ ਨਾ ਖਾਂਦੀ ਹੈ ਤੁਸੀਂ ਦੱਸੋ ਵੀ ਕਾਂਗਰਸ ਕੇ ਕਰੋੜਾਂ ਦੇ ਘੁਟਾਲੇ ਹੋਏ ਆ ਜਦੋਂ ਮੋਦੀ ਸਾਹਿਬ ਆਇਆ ਕੋਈ ਘੁਟਾਲਾ ਹੋਇਆ ਹਿੰਦੁਸਤਾਨ ਸਰਕਾਰ ਵਿੱਚ ਕੋਈ ਸੋ ਇਸ ਕਰਕੇ ਸਾਡਾ ਜਿਹੜਾ ਇੱਕੋ ਹੀ ਇੱਕ ਮਿਸ਼ਨ ਆ ਕਿ ਰਫੇਲ ਦੇ ਬੜੇ ਬੜੇ ਘੁਟਾਲਿਆਂ ਦੇ ਨਾਮ ਆਏ ਨਹੀਂ ਉਹ ਪਹਿਲਾਂ ਜਿਹੜੇ ਕਾਂਗਰਸ ਵਾਲੇ ਵੇਲੇ ਦੇ ਹੋਏ ਆ ਕੋਈ ਬੀਜੇਪੀ ਦਾ ਨਹੀਂ ਹੋਇਆ ਕਾਂਗਰਸ ਨਹੀਂ ਲਿਆਓ ਪ੍ਰੂਫ ਦਿਓ ਕੋਈ ਪ੍ਰੂਫ ਦਿਓ ਨਾ ਪਾਰਲੀਮੈਂਟ 'ਚ ਬਹਿਸ ਹੁੰਦੀ ਮੈਂ ਨਹੀਂ ਖੈਰ ਮੈਂ ਘੁਟਾਲੇ ਨਹੀਂ ਉਹ ਨਹੀਂ ਆਪਾਂ ਐਲੀਗੇਸ਼ਨ ਜੇ ਤੇ ਮਰਜ਼ੀ ਲਾ ਸਕਦੇ ਹਾਂ ਪਰ ਤੱਕ ਪ੍ਰੂਫ ਦਿਓ ਠੀਕ ਹੈ ਜੀ ਹਾਂ ਕੀ ਲੱਗਦਾ ਹੈਗਾ ਕਿ ਕੋਈ ਕਪੂਰਥਲੇ ਤੋਂ ਉਮੀਦ ਕੀਤੀ ਕਿਉਂਕਿ ਲਗਾਤਾਰ ਰਾਣਾ ਗੁਰਜੀਤ ਸਿੰਘ ਲਗਾਤਾਰ ਇੱਥੋਂ ਜਿੱਤੇ ਆ ਰਹੇ ਰਾਣਾ ਗੁਰਜੀਤ ਸਿੰਘ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਕਿ ਨਸ਼ਾ ਬਕਵਾ ਕੇ ਸ਼ਰਾਬ ਵੰਡ ਕੇ ਪੈਸਾ ਜਿਹੜਾ ਉਹ ਦੇ ਕੇ ਲੋਕਾਂ ਨੂੰ ਖਰੀਦਦਾ ਤੇ ਲੋਕਾਂ ਨੂੰ ਆਪਣੇ ਗੁਲਾਮ ਸਮਝਦਾ ਔਰ ਇਸ ਵਾਰ ਲੋਕ ਆ ਉਹ ਬਦਲ ਚਾਹੁੰਦੇ ਆ ਕਪੂਰਥਲੇ ਦੇ ਤੇ ਬਹੁਤ ਭਾਰੀ ਬਹੁਮਤ ਦੇ ਨਾਲ ਜਿਹੜਾ ਸਾਨੂੰ ਕਮਲ ਦੇ ਨਿਸ਼ਾਨ ਦੇ ਉੱਪਰ ਬਟਨ ਦਬਾ ਕੇ ਲੋਕ ਆਸ਼ੀਰਵਾਦ ਦੇ ਰੂਪ ਵਿੱਚ ਵੋਟ ਦੇ ਕੇ ਸਾਨੂੰ ਜਿਤਾਉਣਗੇ ਠੀਕ ਹੈ ਸੋ ਲਗਾਤਾਰ ਤੁਹਾਨੂੰ ਜੋੜ ਰਹੇ ਹੈਗੇ ਕੈਂਡੀਡੇਟਸ ਨਾਲ ਵੀ ਗੱਲਬਾਤ ਕਰ ਰਹੇ ਹਾਂ ਕਪੂਰਥਲੇ ਦੀ ਹੌਟ ਸੀਟ ਤੋਂ ਰਣਜੀਤ ਸਿੰਘ ਖੋਜੇਵਾਲ ਜਿਹੜੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਸਾਰੀ ਅਪਡੇਟ ਨਾਲ ਜੋੜਾਂਗੇ ਥੋੜ੍ਹਾ ਲਾਸਟ ਇੱਕ ਸਵਾਲ ਹੈ ਕਿ ਇਸ ਇੰਤਜ਼ਾਮ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਕੀਤੇ ਗਏ ਪੋਲਿੰਗ ਸੈਂਟਰ ਦੇ ਵਿੱਚ ਕਿਸ ਤਰੀਕੇ ਇਲੈਕਸ਼ਨ ਕਮਿਸ਼ਨ ਜਿਹੜੇ ਇੰਤਜ਼ਾਮ ਹੈ ਉਹ ਠੀਕ ਹੈ ਪਰ ਜਿਹੜੀ ਲੋਕਲ ਪ੍ਰਸ਼ਾਸਨ ਹੈ ਉਹ ਰਾਣਾ ਗੁਰਜੀਤ ਸਿੰਘ ਦੇ ਵੇਲੇ ਦਾ ਹੀ ਲੱਗਾ ਹੋਇਆ ਹੈ ਔਰ ਰਾਣਾ ਦੇ ਪ੍ਰਭਾਵ ਅਧੀਨ ਹੈ ਟੈਲੀਫੋਨ ਕੀਤਾ ਵੀ ਫਲਾਣੀ ਜਗ੍ਹਾ ਸ਼ਟਰ ਜਿਹਦੀ ਸ਼ਰਾਬ ਬੰਦ ਪਈ ਆ ਤੁਸੀਂ ਘੰਟੇ ਬਾਅਦ ਆਉਂਦੇ ਹੋ ਪੁਲਿਸ ਵਾਲੇ ਜਾਂ ਕੋਈ ਪ੍ਰਸ਼ਾਸਨ ਹੁੰਦਾ ਫਿਰ ਉਹਦਾ ਕੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਉੱਥੇ ਚੱਕ ਲਓ ਜਦ ਨੂੰ ਇਲੈਕਸ਼ਨ ਕਮਿਸ਼ਨ ਨੂੰ ਪੋਲਿੰਗ ਸਟੇਸ਼ਨ ਦੇ ਕਿਸ ਤਰੀਕੇ ਦੇ ਉਹ ਸਾਰੇ ਬਹੁਤ ਵਧੀਆ ਇਲੈਕਸ਼ਨ ਕਮਿਸ਼ਨ ਵਾਲੇ ਜਿਹੜੇ ਇੰਤਜ਼ਾਮ ਹੈ ਬਹੁਤ ਵਧੀਆ ਸਾਰੇ ਆ ਪਰ ਜਿਹੜੀ ਲੋਕਲ ਪ੍ਰਸ਼ਾਸਨ ਆ ਉਹ ਤੇ ਸਾਰਾ ਡਾਊਟ ਹੈ ਠੀਕ ਹੈ ਸੋ ਲੋ ਜੋ ਕਿ ਕਹਿੰਦੇ ਕਿ ਲੋਕਲ ਪ੍ਰਸ਼ਾਸਨ ਦੇ ਉੱਪਰ ਸਵਾਲ ਚੁੱਕਦੇ ਹੋਏ ਰਣਜੀਤ ਸਿੰਘ ਖੋਜੇਵਾਲ ਨੇ ਗੱਲ ਕੀਤੀ ਹੈ ਹੋਰ ਵੀ ਕੈਂਡੀਡੇਟਸ ਨਾਲ ਹੋਰ ਇਲਾਕੇ ਵਾਸੀਆਂ ਨਾਲ ਗੱਲਬਾਤ ਕਰਾਵਾਂਗੇ ਵੇਖਦੇ ਰਹੋ ਕਾਲ ਚੈਨਲ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਇੱਕ ਹੌਟ ਸੀਟ ਦੇ ਵਿੱਚ ਕਪੂਰਥਲਾ ਦੀ ਜਿਹੜੀ ਹੌਟ ਸੀਟ ਕਹੀ ਜਾ ਰਹੀ ਹੈ ਉਸ ਦੇ ਵਿੱਚ ਮੌਜੂਦ ਹੈਗੇ ਆ ਔਰ ਭਾਰਤੀ ਜਨਤਾ ਪਾਰਟੀ ਦੇ ਇਸ ਕਿ ਹਲਕੇ ਤੋਂ ਜਿਹੜੇ ਨੁਮਾਇੰਦੇ ਨੇ ਜਿਹੜੇ ਕਿ ਕੈਂਡੀਡੇਟ ਨੇ ਰਣਜੀਤ ਸਿੰਘ ਖੋਜੇਵਾਲ ਮੌਜੂਦ ਨੇ ਗੱਲਬਾਤ ਕਰਦੇ ਕਿਸ
और उन्होंने कपूरथले का कोई विकास नहीं किया। कपूरथले नशा शरेआम विक रहा, कपूरथले भ्रष्टाचार का पूरा बोलबाला, और कपूरथले कोई डिवेलपमेंट नहीं हुई। कपूरथले जी झूठे परचे राजनीति है वो की जा रही है। लोग जो कहते हैं परसेंटेज घट आया हो रही है, लोग डरते माहौल लोगों को डर है राणा गुरजीत सिंह का कि सानू वो साढ़े परचा दर्ज ना करा दे सानू जां कोई सानू गलत ना की कर ले। इस करके जो लोग है वो डरते बाहर नहीं आ रहे, पर अंदर खाते जिहड़ियां वोटां आ वो कमल के निशान से पै रही और भारतीय जनता पार्टी की जित है यकीनी। लोग बदलते तौर पर जो है आम आदमी पार्टी भी देख रहे हो कि जोर कपूरथले रणजीत सिंह खोजेवाल लोकल है जी, खोजेवाल पिंड तो हाँ जी, तो बीबी मंजू राणा जलंधरों आए हैं। 17 भी एक भाई साहब आए थे पड्डा साहब, वो 18,000 वोट लै गए थे तो मुड़ के लभे नहीं 5 साल किसी, तो मैं लोगों विचरदा 20 साल तो जी बीबी मंजू राणा जी भी जलंधर तो हाँ बहरले इतने दिन लोकल है नहीं गए, तो वो भी जी वोट है सारी कांग्रेस ही जा रही है। साड़ी भारतीय जनता पार्टी को गवाने वास्ते है कुछ नहीं, सबको पाने वास्ते ही है। ठीक है ठीक है। लोगों को किस तरीके अपील कर रही, क्योंकि बड़ा समा जरा कह दिए ना कि अज का एक फाइनल इम्तिहान की स्टेज हैगी है, लोग वोट पाण घट भी आ रहे, तुम भी यह गल मान रहे हो, की लगता? नहीं मैं तुम पहला बेनती की है कि राणा गुरजीत सिंह का 20 साल तो इतने माफिया रहा चलन रहा है, मतलब कि हूँ अपन अपील कि कर सकते लोगों को कि कॉल की जा रही है कोई कर रहे जी, कॉल कर रहे जो बंदे साढ़े डेरिया के उपर बाहर पिंड बैठे उन्होंने गड्डिया लैके आ रहे हैं, जो शहर के उन्होंने डस्टा देख रहे हैं कि किदा आप बंद जी वोट नहीं साड़ी पोल हुई तो कि पोल करवानी है। सो वोटा बहुत वधिया पोल होनी और भारतीय जनता पार्टी जित है यकीनी है। ठीक है अच्छा, किदा देखते हो कि इलाके दे विच कोई गड़बड़ी है कितने कोई कोई ऐसी वार्ता? गड़बड़ियां राणा गुरजीत सिंह ने पिछले दो दिन तो पूरा जिन्ना पैसा वंड सकता सी पैसा वंडिया, शराब जिन्नी वंड सकता शराब वंडी आ, तो बीजेपी वालों असी किसी ने कोई शराब नहीं दी, कोई पैसा नहीं दिता। असी लोगों को ये अपील कर रहे हैं कि जे महाराजा रणजीत सिंह वर्गा राज चाहते हैं तो भारतीय जनता पार्टी ने पंजाब चलाया। ठीक है, तो ऐसा की लगता महाराजा रणजीत सिंह का राज? क्योंकि कपूरथले देखो ना कोई कोई काम करवाने जाना पैसे तो बगैर नहीं होंदा जी, पंजाब नशा तो भ्रष्टाचार किन्ना तुम आप पंजाबी है तुम खुद ज़्यादा पता, ठीक है ना गल जी, तो बीजेपी ना कि खाण दिंदी है ना खाती है। तुम दसो भी कांग्रेस के घोटा करोड़ों के घोटाले हुए हैं, जो मोदी साहब आया कोई घोटाला होया हिंदुस्तान सरकार में कोई? सो इस करके साडा जिहड़ा इको एक मिशन है कि फेल दे बड़े बड़े घोटाले दे नाम नहीं, जो पहला जे कांग्रेस वाले वेले हुए कोई बीजेपी का नहीं हुआ, कांग्रेस नहीं लिया, प्रूफ दो कोई प्रूफ दो ना। पार्लीमेंट बहस होंगी, मैं नहीं खैर मैं नहीं, वो नहीं आप एलीगेशन जो मर्जी ला सकते हैं पर प्रूफ दो जी। हाँ जी, लगता है कि कोई कपूरथले तो उम्मीद की, क्योंकि लगातार राणा गुरजीत सिंह लगातार इतों जीते राणा गुरजीत सिंह, मैं तुम पहले बेनती की कि नशा बकवा के शराब वंड के पैसा जोड़ा वो दे के लोगों को खरीदा तो लोगों अपने गुलाम समझदा, और इस बार लोग क्या बदल चाहते आ कपूरथले के, तो बहुत भारी बहुमत के नाल सानू कमल के निशान के उपर बटन दबा के लोग आशीर्वाद के रूप वोट दे के सानू जिताउणगे। ठीक है, सो लगातार तुहानू जोड़ रहे हैं कैंडीडेट्स नाल भी गलबात कर रहे हैं कपूरथले की होट सीट तो रणजीत सिंह खोजेवाल जिहड़े ने उन्हां दे नाल असीं गलबात कर रहे हैं और सारी अपडेट नाल जोड़ांगे। थोड़ा लास्ट एक सवाल है कि इंतजाम इलैक्शन कमीशन वालों जिहड़े किए गए पोलिंग सेंटर दे विच किस तरीके? इलैक्शन कमीशन जो इंतजाम है वो ठीक है, पर जी लोकल प्रशासन है वो राणा गुरजीत सिंह दे वेले दा ही लगा होया है और राणा दे प्रभाव अधीन है। टेलीफोन किया फलानी जगह शटर जी शराब बंद पई है तुम घंटे बाद आने पुलिस वाले जो प्रशासन आता तो फिर की अंदाजा लाया जा सकता चक लो जद वो सारे बहुत वधिया इलैक्शन कमीशन वाले जो इंतजाम है बहुत वधिया सारे पर लोकल प्रशासन है सारा डाउट है। ठीक है, सो लो जो कि कहते कि लोकल प्रशासन के उपर सवाल चुकते हुए रणजीत सिंह खोजेवाल ने गल की है, और भी कैंडिडेट्स नाल और इलाके वासियों नाल गलबात करावांगे। वेखदे रहो काल।